ਸਵਾਗਤ ਹੈ ਆਪ ਸਭ ਦਾ ਫੋਕਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤਿੰਨੇ ਸੈਗਮੈਂਟ ਦੇ ਵਿੱਚ ਵਿਚਾਰ ਚਰਚਾ ਕਰਾਂਗੇ ਅਸਲ ਵਿੱਚ ਮਾਮਲਾ ਇਹ ਹੈ ਕਿ ਜਦ ਤੋਂ ਜੋ ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੂਡੋ ਦੀਆਂ ਕੁਛ ਫੋਟੋਜ਼ ਵਾਇਰਲ ਹੋਈਆਂ ਨੇ ਉਸ ਨੂੰ ਲੈ ਕੇ ਕਾਫੀ ਚਰਚਾ ਛਿੜ ਗਈ ਹੈ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਕਿਉਂਕਿ ਇੱਕ ਪਾਸੇ ਅੱਜ ਕੱਲ੍ਹ ਇਲੈਕਸ਼ਨ ਦਾ ਮਾਹੌਲ ਹੈ ਅਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਹੋਰ ਗੱਲ ਚੁੱਕ ਲਈ ਹੈ ਅਸਲ 'ਚ ਮਾਮਲਾ ਇਹ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2001 ਦੇ ਵਿੱਚ ਇੱਕ ਅਰੇਬੀਅਨ ਨਾਈਟ ਸੀ ਵੈਨਕੂਵਰ ਦੇ ਵਿੱਚ ਉਸ ਦੇ ਵਿੱਚ ਇਹਨਾਂ ਨੇ ਅਲਾਦੀਨ ਦਾ ਰੋਲ ਕੀਤਾ ਸੀ ਇਹਨਾਂ ਨੇ ਬਰਾਊਨ ਫੇਸ ਸੀ ਅਤੇ ਉੱਤੇ ਪਗੜੀ ਬੰਨ੍ਹੀ ਹੋਈ ਸੀ ਇਸ ਕੋਸਟੂਮ ਦੇ ਵਿੱਚ ਸੀ ਜਦੋਂ ਇਹ ਤਸਵੀਰ ਹੈ ਟਾਈਮ ਮੈਗਜ਼ੀਨ ਦੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਕੱਲ੍ਹ ਅਤੇ ਉਸ ਨੂੰ ਲੈ ਕੇ ਪੂਰੀ ਤਰ੍ਹਾਂ ਸਿਆਸਤ ਗਰਮਾ ਗਈ ਕੁਛ ਲੋਕ ਕਹਿੰਦੇ ਨੇ ਇਹ ਰੇਸਿਸਟ ਵਾਲਾ ਕੰਮ ਹੈ ਅਤੇ ਖਾਸ ਕਰਕੇ ਵਿਰੋਧੀ ਪਾਰਟੀਆਂ ਇਸ ਗੱਲ ਨੂੰ ਪੁਛਾੜ ਲਈਆਂ ਨੇ ਹਾਲਾਂਕਿ ਜਸਟਿਨ ਟਰੂਡੋ ਨੇ ਇਸ ਸੰਬੰਧੀ ਕੱਲ੍ਹ ਵੀ ਮਾਫ਼ੀ ਮੰਗੀ ਹੈ ਅਤੇ ਅੱਜ ਫਿਰ ਉਹਨਾਂ ਨੇ ਮਾਫ਼ੀ ਮੰਗੀ ਹੈ ਕਿ ਜੋ ਇਹ ਗੱਲ ਸੀ ਉਹ ਉਸਨੂੰ ਇਸ 'ਤੇ ਅਫਸੋਸ ਹੈ ਲੇਕਿਨ ਗੱਲ ਥਮੀ ਨਹੀਂ ਗੱਲ ਵੱਧਦੀ ਹੀ ਜਾ ਰਹੀ ਹੈ ਫੋਟੋ ਇੱਕ ਨਹੀਂ ਉਸ ਤੋਂ ਬਾਅਦ ਦੂਜੀ ਅਤੇ ਫਿਰ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਹੋਰ ਕਿੰਨੀਆਂ ਕੁ ਇਹੋ ਜਿਹੀਆਂ ਫੋਟੋਜ਼ ਨੇ ਅਤੇ ਉਹਨਾਂ ਨੇ ਕਿਹਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਜਦੋਂ ਤੀਜੀ ਫੋਟੋ ਫਿਰ ਸਾਹਮਣੇ ਆਈ ਲੋਕਾਂ ਦੇ ਦੂਜੀ ਫੋਟੋ ਦੇ ਵਿੱਚ ਉਹ ਇੱਕ ਸੌਂਗ ਸੀ ਕੋਈ ਉਸ ਨੂੰ ਉਸਦਾ ਉਚਾਰਨ ਕਰ ਰਹੇ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਕਾਲਾ ਚਿਹਰਾ ਕੀਤਾ ਹੋਇਆ ਸੀ ਸੋ ਉਸ ਨੂੰ ਲੈ ਕੇ ਉਹ ਖਾਸ ਕਰਕੇ ਜੋ ਇੱਕ ਖਾਸ ਤਬਕੇ ਦੇ ਨਾਲ ਉਸ ਵਿੱਚ ਟਿਊਨ ਦੇ ਵਿੱਚ ਸੀ ਜਿਸ ਨੂੰ ਲੈ ਕੇ ਇਹ ਗੱਲ ਉੱਠੀ ਹੈ ਸੋ ਇਹ ਇਸ ਗੱਲ ਨੂੰ ਲੈ ਕੇ ਸਭ ਤੋਂ ਪਹਿਲਾਂ ਸਾਡੀ ਫੋਕਸ ਪੰਜਾਬੀ ਦੀ ਟੀਮ ਨੇ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲਬਾਤ ਕੀਤੀ ਤਾਂ ਆਓ ਸੁਣਦੇ ਹਾਂ ਕੀ ਕਹਿ ਰਹੇ ਨੇ ਇਸ ਮਾਮਲੇ ਦੇ ਬਾਰੇ ਜਸਟਿਨ ਟਰੂਡੋ I want to begin by saying a few words directly to racialized Canadians who face discrimination every single day in their lives, even in a country like Canada. What I did hurt them, hurt people who shouldn't have to face intolerance and discrimination because of their identity. This is something that I deeply, deeply regret. Darkening your face, regardless of the context or the circumstances, is always unacceptable because of the racist history of blackface. I should have understood that then, and I never should have done it. I shared the moments that I recollected, but I recognize that it is something absolutely unacceptable to do. And you know, I appreciate calling it makeup, but it was blackface, and that is just not right. I never talked about this. Quite frankly, I was embarrassed. It was not something that represents the person I've become, the leader I try to be, and it was really embarrassing. I am wary of being definitive about this because the recent pictures that came out, I had not remembered. And I think the question is, how can you not remember that? The fact is, I didn't understand how hurtful this is to people who live with discrimination every single day. I come from a place of privilege, and I have endeavored in my life to put the advantages and the opportunities I've been given to serve this country, to fight for people's rights. And I have to recognize that I let a lot of people down with that choice. And I stand here today to reflect on that and to ask for forgiveness. ਗੱਲ ਮਾਫ਼ੀ ਤੋਂ ਬਾਅਦ ਥਮੀ ਨਹੀਂ ਬਲਕਿ ਗੱਲ ਉਦੋਂ ਹੋਰ ਅੱਗੇ ਵੱਧ ਗਈ ਜਦੋਂ ਜਮਾਇਕਨ ਫੋਕ ਸੌਂਗ ਬਨਾਨਾ ਬੋਟ ਦੀ ਤਸਵੀਰ ਨਸ਼ਰ ਕੀਤੀ ਗਈ ਇਸ ਦੇ ਵਿੱਚ ਜਸਟਿਨ ਟਰੂਡੋ ਨੇ ਕਾਲਾ ਚਿਹਰਾ ਕੀਤਾ ਹੋਇਆ ਸੀ
ਤੇ ਹੁਣ ਇਸ ਸੰਬੰਧ ਵਿੱਚ ਜੋ ਵਿਰੋਧੀ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਉਹ ਗੱਲ ਨੂੰ ਹੋਰ ਚੁੱਕ ਰਹੇ ਨੇ, ਖਾਸ ਕਰਕੇ ਐਂਡਰਿਊ ਸ਼ੀਅਰ ਕਹਿ ਰਹੇ ਨੇ, ਕਹਿੰਦੇ ਹੀ ਇਜ਼ ਨਾਟ ਫਿਟ ਫਾਰ ਗਵਰਨੈਂਸ। ਆਓ ਸੁਣਦੇ ਹਾਂ ਕੀ ਕਹਿ ਰਹੇ ਨੇ ਇਸ ਤੋਂ ਇਲਾਵਾ ਹੋਰ ਕੁਛ ਐਂਡਰਿਊ ਸ਼ੀਅਰ, ਵਿਰੋਧੀ ਧਿਰ ਦੇ ਨੇਤਾ। Like all Canadians, I was extremely shocked and disappointed when I learned of Justin Trudeau's actions this evening. Wearing brown face is an act of open mockery and racism. It was just as racist in 2001 as it is in 2019. And what Canadians saw this evening is someone with a complete lack of judgment and integrity, and someone who's not fit to govern this country. ਇਸ ਤੋਂ ਬਾਅਦ ਅਸੀਂ ਗੱਲਬਾਤ ਕੀਤੀ ਐਨਡੀਪੀ ਲੀਡਰ ਜਗਮੀਤ ਸਿੰਘ ਦੇ ਨਾਲ। ਫੋਟੋ ਸੰਬੰਧੀ ਉਹਨਾਂ ਨੇ ਇਸ ਗੱਲ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਾ ਕਿਹਾ ਕਿ ਜੋ ਤਸਵੀਰ ਸੀ ਟ੍ਰਬਲਿੰਗ ਸੀ, ਇਨਸਲਟਿੰਗ ਸੀ। ਇਸ ਤੋਂ ਇਲਾਵਾ ਹੋਰ ਕੀ ਕੁਛ ਕਿਹਾ ਜਗਮੀਤ ਉਹਨਾਂ ਨੇ, ਆਓ ਸੁਣਦੇ ਹਾਂ। What does that say about what he thinks about people who, because of who they are, because of the color of their skin, face challenges and barriers and obstacles in their life? Racism is real. People in this room have felt it. I've heard the stories. I've experienced it in my life. He's got to answer those questions. ਇਸ ਦੌਰਾਨ ਫੋਕਸ ਪੰਜਾਬੀ ਦੀ ਟੀਮ ਨੇ ਹਲਕਾ ਮਿਰਪੁਰਸ ਤੋਂ ਚੋਣ ਲੜ ਰਹੇ ਲਿਬਰਲ ਉਮੀਦਵਾਰ ਅਮਰਜੀਤ ਸੋਹੀ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਮੰਨਿਆ ਕਿ ਇਹ ਸਹੀ ਨਹੀਂ ਹੈ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਅੱਜ ਫੋਕਸ ਪੰਜਾਬੀ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਜਿਹੜੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਆਪਾਂ ਸਾਰੇ ਜਾਣਦੇ ਬੜੀਆਂ ਮੰਦਭਾਗੀਆਂ ਤਸਵੀਰਾਂ ਨੇ। ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਜਿਹੜੀਆਂ ਇੱਦਾਂ ਦੇ ਆਏ ਨੇ ਇਹ ਜਿਹੜੀਆਂ ਇਮੇਜ, ਇਹਦੇ ਵਿੱਚ ਬਹੁਤ ਲੋਕਾਂ ਨੂੰ ਦੁੱਖ ਹੋਇਆ, ਬਹੁਤ ਲੋਕਾਂ ਨੂੰ ਇਸ ਗੱਲ ਦਾ ਮਾੜਾ ਲੱਗਿਆ ਕਿ ਪ੍ਰਾਈਮ ਮਿਨਿਸਟਰ ਨੂੰ ਜਿਹੜੀਆਂ ਇਹ ਇਮੇਜਸ ਦੇ ਵਿੱਚ ਹਿੱਸਾ ਨਹੀਂ ਸੀ ਲੈਣਾ ਚਾਹੀਦਾ। ਅਤੇ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਮੰਨੀ ਵੀ ਹੈ ਕਿ ਉਹਨਾਂ ਦੀ ਗਲਤੀ ਹੈ, ਉਹਨਾਂ ਨੇ ਆਪਣੀ ਗਲਤੀ ਮੰਨਦੇ ਹੋਏ ਸਾਰਿਆਂ ਤੋਂ ਮਾਫ਼ੀ ਮੰਗੀ ਹੈ। ਪਰ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਸਾਡੇ ਪ੍ਰਾਈਮ ਮਿਨਿਸਟਰ ਜਿਹੜੀਆਂ ਇਹ ਚੀਜ਼ਾਂ ਹੋਈਆਂ ਅੱਜ ਤੋਂ 20 ਸਾਲ ਪਹਿਲਾਂ ਹੋਈਆਂ ਚੀਜ਼ਾਂ ਨੇ, ਅਤੇ ਸਾਡੇ ਪ੍ਰਾਈਮ ਮਿਨਿਸਟਰ ਜਿਹਨਾਂ ਨੂੰ ਪਹਿਲੇ 4 ਸਾਲ ਤੋਂ ਜਾਣਦਾ, ਸਭ ਤੋਂ ਵੱਧ ਕਮਿਟਡ ਹੈਗੇ ਆ ਸਾਡੇ ਲੋਕਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ। ਸਾਡੇ ਜਿਹੜੇ ਵੱਖਰੇ ਵੱਖਰੇ ਕਲਚਰ ਨੇ, ਸਾਡੇ ਧਰਮ ਨੇ, ਸਾਡੀ ਬੋਲੀ ਹੈ, ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ, ਸਾਡਾ ਜਿਹੜਾ ਮਲਟੀਕਲਚਰਲਿਜ਼ਮ ਹੈ ਉਹਨੂੰ ਅੱਗੇ ਵਧਾਉਣ ਵਾਸਤੇ, ਅਤੇ ਨਸਲਵਾਦ ਨੂੰ ਖਤਮ ਕਰਨ ਵਾਸਤੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੋਂ ਬਾਅਦ ਕਿਸੇ ਨੇ ਵੀ ਇੰਨਾ ਕੰਮ ਨਹੀਂ ਕੀਤਾ ਸਾਡੀ ਕਮਿਊਨਿਟੀ ਨੂੰ ਇਕੱਠਾ ਕਰਨਾ, ਸਾਡੀ ਕਮਿਊਨਿਟੀਆਂ ਦੇ ਵਿੱਚ ਜਿਹੜਾ ਨਸਲਵਾਦ ਹੈ ਉਹਨੂੰ ਘਟਾਉਣਾ, ਜਾਂ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਕਿਸੇ ਨਾਲ ਧੱਕਾ ਹੋ ਰਿਹਾ ਉਹਨੂੰ ਕਰਨਾ। ਠੀਕ ਹੈ, ਗਲਤੀਆਂ ਹੋਈਆਂ ਨੇ, ਉਹਨਾਂ ਨੇ ਮੰਨਿਆ ਕਿ ਗਲਤੀਆਂ ਹੋਈਆਂ ਨੇ, ਪਰ ਨਾਲ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਉਹਨੇ ਪਿਛਲੇ 4 ਸਾਲਾਂ ਦੇ ਵਿੱਚ ਕਿੰਨਾ ਸੋਹਣਾ ਕੰਮ ਕੀਤਾ ਸਾਰਿਆਂ ਦੇ ਬਿਹਾਫ 'ਤੇ। ਇਸ ਤੋਂ ਇਲਾਵਾ ਵੱਖੋ ਵੱਖ ਲੀਡਰਾਂ ਵੱਲੋਂ ਇਸ ਸੰਬੰਧੀ ਬਿਆਨ ਆ ਰਹੇ ਨੇ। ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਨਾਲ ਜਦੋਂ ਗੱਲਬਾਤ ਕੀਤੀ ਗਈ, ਉਹਨਾਂ ਦਾ ਕਹਿਣਾ ਸੀ ਕਿ ਇਹ ਠੀਕ ਹੈ ਕਿ ਇਹ ਇਤਰਾਜ਼ਯੋਗ ਗੱਲ ਹੈ, ਲੇਕਿਨ ਉਹਨਾਂ ਨੇ ਇਹ ਆਖਿਆ ਕਿ ਇਸ ਤੋਂ ਵੱਡੀ ਡਾਇਵਰਸਿਟੀ ਦੀ ਉਦਾਹਰਨ ਹੋਰ ਕੀ ਹੋ ਸਕਦੀ ਹੈ ਕਿ ਉਹਨਾਂ ਨੇ ਕੈਨੇਡੀਅਨ ਜੋ ਕੈਬਿਨਟ ਹੈ ਉਸ ਦੇ ਵਿੱਚ ਵੱਖੋ ਵੱਖ ਦੇਸ਼ਾਂ ਦੇ ਵੱਖੋ ਵੱਖ ਭਾਈਚਾਰੇ ਦੇ ਬਹੁਤ ਸਾਰੇ ਮੰਤਰੀ ਸ਼ਾਮਿਲ ਕੀਤੇ ਨੇ। ਸੋ ਇਸ ਟੌਪਿਕ ਨੂੰ ਲੈ ਕੇ ਵਿਚਾਰ ਚਰਚਾ ਜਾਰੀ ਰੱਖਾਂਗੇ। ਵਾਪਸ ਆਉਂਦੇ ਹਾਂ ਕਮਰਸ਼ਲ ਬ੍ਰੇਕ ਤੋਂ ਬਾਅਦ। ਵੱਖੋ ਵੱਖ ਟੌਪਿਕਸ 'ਤੇ ਵਿਚਾਰ ਚਰਚਾ ਕਰਨ ਲਈ ਹਨੇਕ ਮਠਾੜੂ ਦੇ ਨਾਲ, ਅਤੇ ਹੁਣ ਕਮਰਸ਼ਲ ਬ੍ਰੇਕ।